जस पंजाबी देखते हुए सारे दर्शकों नू मेरे वालों प्यार भरी सत श्री अकाल। तुहाडा स्वागत प्रोग्राम अज दा मुद्दा दे विच, मैं तुहाडी होस्ट आशमिता। सारियां नू इस प्रोग्राम दे विच स्वागत करदे आं। उम्मीद है कि तुहाडा वीकेंड वधिया रहा होएगा। बट अज मैं प्रोग्राम एक बहुत इंपोर्टेंट डेट दे नाल शुरू करना चाहुंदी आं। अक्टूबर 7th 2001 दे विच यूनाइटेड स्टेट्स ने अफगानिस्तान दे विच अपनी सब तो लंबी वॉर शुरू की सी। अक्टूबर 7th 2001 पहले दिन सीगे जदों US फोर्सेस अफगानिस्तान दे विच पहुँचे सी। ते अज दी डेट August 30th 2021, 20 साल बाद अमेरिकन ट्रूप्स अफगानिस्तान तो निकल चुके हैं। The longest war that the United States has been engaged in, aj officially, formally, khatam ho chuki hai. Troops paave Afghanistan de vich nahi hage United States de, but hale vi lagbhag 200 American citizens Afghanistan de vich hale vi han. Pichle 2 haftiyan to tuhanu dass rahe han ke kitne chaotic, ਕਿੰਨੀ ਤੁਸੀਂ ਕਹਿ ਲਓ ਡਿਫਿਕਲਟ ਤਰੀਕੇ ਦੇ ਨਾਲ ਯੂਨਾਈਟਿਡ ਸਟੇਟਸ ਦਾ ਰੈਪ ਅਪ ਅਫਗਾਨਿਸਤਾਨ ਦੇ ਵਿੱਚ ਹੋ ਰਿਹਾ ਹੈ। ਬਟ ਡਿਸਪਾਈਟ ਦੈਟ, ਡਿਸਪਾਈਟ ਦ ਕੇਆਸ, ਡਿਸਪਾਈਟ ਦ ਵਾਇਲੈਂਸ, ਜਿਸ ਤਰ੍ਹਾਂ ਦੀ ਅਹਿੰਸਾ ਪਿਛਲੇ ਹਫ਼ਤੇ ਕਾਬੁਲ ਏਅਰਪੋਰਟ ਅਟੈਕ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੀ ਸੀ, ਡਿਸਪਾਈਟ ਦੈਟ ਯੂਨਾਈਟਿਡ ਸਟੇਟਸ ਵੱਲੋਂ ਲਗਭਗ 120,000 ਲੋਕ ਏਅਰਲਿਫਟ ਹੋਏ ਹਨ ਅਫਗਾਨਿਸਤਾਨ ਤੋਂ, ਜਿਨ੍ਹਾਂ ਦੇ ਵਿੱਚੋਂ 6,000 ਅਮਰੀਕਨ ਹੈਗੇ। ਭਾਵੇਂ ਇਹ ਨੰਬਰ ਬਹੁਤ ਵੱਡਾ ਲੱਗਦਾ ਹੈ, 120,000 ਲੋਕ, ਮੋਸਟਲੀ ਅਫਗਾਨੀ ਲੋਕਲਸ ਜਿਨ੍ਹਾਂ ਨੇ US ਅਤੇ ਵੈਸਟਰਨ ਫੋਰਸਿਸ ਦੀ ਮਦਦ ਕੀਤੀ ਇਸ ਵੋਰ ਦੇ ਵਿੱਚ, ਭਾਵੇਂ ਉਹ ਇੰਟਰਪ੍ਰੀਟਰ ਦੇ ਤੌਰ 'ਤੇ ਹੋਏ, ਲੋਕਲ ਅਫਿਸ਼ਲਸ, ਇਨਫੋਰਮੈਂਟਸ, ਜਿਨ੍ਹਾਂ ਨੇ ਅਫਗਾਨੀ ਗਵਰਨਮੈਂਟ ਨੂੰ ਸਪੋਰਟ ਕੀਤੀ ਉਹਦੇ ਵਿੱਚ ਇਨਵੋਲਵ ਸੀਗੇ। ਹਾਲੇ ਵੀ ਲਗਭਗ 1,00,000 ਲੋਕ, ਅਫਗਾਨੀ ਲੋਕਲਸ, ਹਾਲੇ ਵੀ ਉਡੀਕ ਰਹੇ ਕਿ ਉਹਨਾਂ ਨੂੰ ਅਫਗਾਨਿਸਤਾਨ ਤੋਂ ਕਿਸੇ ਨਾ ਕਿਸੇ ਤਰ੍ਹਾਂ ਕੱਢਿਆ ਜਾਏ। ਯੂਨਾਈਟਿਡ ਸਟੇਟਸ ਵੱਲ ਵੇਖ ਰਹੇ ਕਿ ਕਿਸੇ ਨਾ ਕਿਸੇ ਤਰ੍ਹਾਂ ਜੋ ਅਮੈਰੀਕਾ ਨੇ ਸਾਨੂੰ ਵਾਅਦਾ ਕੀਤਾ ਸੀ ਉਹ ਵਾਅਦਾ ਅਮਰੀਕਾ ਨਿਭਾਊਗਾ। ਅੱਜ ਮੈਂ ਤੁਹਾਡੇ ਨਾਲ ਮਿਲਟਰੀ ਦੀ ਗੱਲ ਨਹੀਂ ਕਰਨਾ ਚਾਹੁੰਦੀ, ਲੇਕਿਨ ਬਿਕੋਜ਼ ਜਿਸ ਤਰ੍ਹਾਂ ਪਿਛਲੇ ਹਫ਼ਤੇ ਤੁਹਾਨੂੰ ਦੱਸਿਆ ਸੀ, ਯੈਸ ਇਹ ਇੱਕ ਬਹੁਤ ਵੱਡਾ ਮਿਲਟਰੀ ਆਪਰੇਸ਼ਨ ਸੀਗਾ। ਬਟ ਇਸ ਯੂ ਨੋ ਜਦੋਂ ਜੀਓ ਪੋਲੀਟਿਕਸ ਦੀ ਗੱਲ ਆਉਂਦੀ ਹੈ, ਮਿਲਟਰੀ ਸਿਰਫ ਇੱਕ ਹਿੱਸਾ ਹੈਗੀ ਜੀਓ ਪੋਲੀਟਿਕਸ ਦੀ। ਜੀਓ ਪੋਲੀਟਿਕਸ ਦਾ ਦੂਜਾ ਹਿੱਸਾ ਇਜ਼ ਡਿਪਲੋਮਸੀ। ਯੂਨਾਈਟਿਡ ਸਟੇਟਸ ਦੀ ਜੋ ਐਮਬੈਸੀ ਸੀਗੀ ਅਫਗਾਨਿਸਤਾਨ ਦੇ ਵਿੱਚ was one of the largest, duniya di sab to, America di sab to vaddi diplomatic mission sigi. Kabul de vich a embassy lagbhag 4,000 employees nu staff kardi si, jinan de vichon 1,400 US diplomats sige Kabul de vich. Te aj military de naal, of course, is embassy bhi darwaje band ho chuke hai. Secretary of State Anthony Blinken di aj speech sunan nu mili. ਉਹਨਾਂ ਨੇ ਕਿਹਾ ਕਿਸ ਤਰ੍ਹਾਂ US ਐਮਬੈਸੀ, US ਡਿਪਲੋਮੇਸੀ ਦੀ ਐਫਰਟਸ ਜਾਰੀ ਰਹਿਣਗੀਆਂ, ਲੇਕਿਨ ਅਫਗਾਨਿਸਤਾਨ ਤੋਂ ਨਹੀਂ, ਦੋਹਾ ਕਤਾਰ ਤੋਂ। ਦੋਹਾ ਤੋਂ ਯੈਸ ਡਿਪਲੋਮੇਸੀ ਅਤੇ ਅਮੈਰੀਕਨ ਐਮਬੈਸੀ ਦੀ ਐਫਰਟਸ ਇਸ ਰੀਜਨ ਦੇ ਵਿੱਚ ਜ਼ਰੂਰ ਜਾਰੀ ਰਹਿਣਗੀਆਂ, ਬਟ ਉਹਦੀ ਕਿੰਨੀ ਕੁ ਇੰਪੈਕਟ ਸਾਨੂੰ ਵੇਖਣ ਨੂੰ ਮਿਲੇਗਾ, ਅਸਪੈਸ਼ਲੀ ਵੈਨ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੋ ਡਿਪਲੋਮੈਟਸ ਦਾ ਰੋਲ ਹੁੰਦਾ ਹੈ ਇੱਕ ਇਹੋ ਜਿਹੇ ਏਰੀਆ ਦੇ ਵਿੱਚ, ਇੱਕ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ, ਇਹ ਬਹੁਤ ਇੰਪੋਰਟੈਂਟ ਹੈ ਇੱਥੇ ਮੈਂਸ਼ਨ ਕਰਨਾ, ਦੈਟ ਜਸਟ ਲਾਈਕ ਦ ਮਿਲੀਟਰੀ ਇੰਟੈਲੀਜੈਂਸ, ਜਿਸ ਤਰ੍ਹਾਂ ਤੁਹਾਨੂੰ ਪਿਛਲੇ ਹਫ਼ਤੇ ਵੀ ਦੱਸਿਆ ਸੀ, ਮਿਲੀਟਰੀ ਇੰਟੈਲੀਜੈਂਸ ਨੇ ਲੀਡਰਸ ਨੂੰ, ਹਾਈਐਸਟ ਲੈਵਲ ਦੇ ਅਫੀਸ਼ੀਅਲਸ ਨੂੰ, ਪ੍ਰੈਜ਼ੀਡੈਂਟ ਬਾਈਡਨ ਤੱਕ ਇਹ ਗੱਲ ਪਹੁੰਚਾਈ ਕਿ ਅਗਰ ਤੁਸੀਂ ਇਸ ਤਰ੍ਹਾਂ ਐਗਜ਼ਿਟ ਕਰਦੇ ਹੋ ਦੈਨ ਜ਼ਰੂਰ ਤਾਲਿਬਾਨ ਓਵਰਟੇਕ ਕਰ ਜਾਊਗਾ, ਪੂਰੇ ਕੰਟਰੀ ਦੇ ਵਿੱਚ ਤਾਲਿਬਾਨ ਦਾ ਰਾਜ ਇੱਕ ਵਾਰੀ ਫਿਰ ਵੇਖਣ ਨੂੰ ਮਿਲੇਗਾ। ਉਸੇ ਤਰ੍ਹਾਂ US ਡਿਪਲੋਮੈਟਸ ਜੋ ਕਿ ਕਾਬੁਲ ਦੇ ਵਿੱਚ ਸੀਗੇ, ਉਹਨਾਂ ਨੇ ਪਿਛਲੇ ਮਹੀਨੇ ਇੱਕ ਮੈਮੋ ਲਿਖਿਆ ਸੀ ਸੈਕਰਟਰੀ ਆਫ ਸਟੇਟ ਐਂਥਨੀ ਬਲਿੰਕਨ ਨੂੰ, ਉਹਨਾਂ ਨੂੰ ਦੱਸਦੇ ਹੋਏ
कि अगर तुसी इस तरह एग्जिट कर दे हो, अफगानिस्तान की जो गवर्नमेंट हैगी वो बहुत ही छेती कलैप्स हो सकती है, दैट तालिबान एकदम फिर पावर दे विच आ सकता है। उस मेमो नू क्यों नहीं वेख्या गया, सुनिया गया, उदे उत्ते क्यों नहीं कोई एक्शन लिता गया? डिप्लोमेसी का रोल आखिरकार है कि एहो जी सिचुएशन दे विच, ते आने वाले समय दे विच असी की एक्सपेक्ट कर सकते हैं यूनाइटेड स्टेट्स दे डिप्लोमैट्स वालों? इन जनरल की उन्होंने हाथ बंधे हुए है या उन्होंने कोई पावर हले भी हैगी? इन सारी चीज़ों पर एक डिप्लोमैट का परसपैक्टिव साढ़े नाल शेयर करने लिए साढ़े अज शाम के गैसा ने ज्वाइन करें, मैं बहुत ही खुशी हो रही है एक बार फिर इन्हों प्रोग्राम के स्वागत करते हुए वन ऑफ आर रेगुलर कंट्रीब्यूटर्स एंड गैस्ट। प्लीज़ ज्वाइन मी इन वेलकमिंग वंस अगैन फ्रॉम वाशिंगटन DC अम्बेसडर प्रदीप कपूर। अम्बेसडर, फर्स्ट ऑफ ऑल थैंक यू सो मच फॉर टेकिंग द टाइम। ਤੁਸੀਂ ਅੱਜ ਇਸ ਬਹੁਤ ਹੀ ਇੰਪੋਰਟੈਂਟ ਵਿਸ਼ੇ 'ਤੇ ਸਾਡੇ ਨਾਲ ਜੁੜੇ ਐਂਡ ਡਿਪਲੋਮੇਸੀ ਦਾ ਜੋ ਰੋਲ ਆ, ਯੂ ਨੋ ਹੂ ਬੈਟਰ ਟੂ ਬ੍ਰੇਕ ਇਟ ਡਾਊਨ ਫੋਰ ਅਸ ਇਸ ਮੁੱਦੇ ਦੇ ਵਿੱਚ ਦੈਨ ਯੂ। ਆਈ ਐਮ ਗਲੈਡ ਯੂ ਕੈਨ ਜੁਆਇਨ ਅਸ। ਬਿਫੋਰ ਆਈ ਕਾਈਂਡ ਆਫ ਗੈਟ ਇਨ ਟੂ ਦ ਜੋ ਵੱਡੇ ਲੈਵਲ ਦੇ ਇੱਥੇ ਜੀਓ ਪੋਲੀਟੀਕਲ ਇਸ਼ੂਜ਼ ਡਿਵੈਲਪ ਹੋ ਰਹੇ ਆ US ਦੇ ਇਸ ਮਿਸ਼ਨ ਨੂੰ ਲੈ ਕੇ, I have kind of a logistical question to ask you, Ambassador. Is weekend the reports sunan nu miliyan that you know, ahead of aj de departure to pehle jo US embassy de kuch staff members reh gaye si Kabul de vich, you know, they were rapidly burning documents, destroying pages and pages, you know, files that thadde o destroy kar rahe si because unna de jaan to baad oh nahi chahnde si a information got hatta vich jaye. Ambassador, I mean, you've served in various missions across the world representing India. What is the protocol in a situation like this jithe ek unstable ya uncertain you know, geopolitical situation hundi hai ground te? What is the protocol in an embassy so sensitive and confidential information doesn't get into the wrong hands? Anji, pehlo ta tuhanu bahut bahut dhanyawad to organize this you know, interview and discussion on a very important topic. Te eh jehda tusi hun sawal raise kita hai, ida idda hunda ki jadon tusi kise desh vich gaye ho as an attacking force, as an occupying force, then the protocols for exit from that country are accordingly much more difficult. Whereas if you are going into a country at the invitation of the local government in writing, where they are demanding that you come in and help and be there from the beginning, then it's another matter. Then your exit in terms of the existence of that local government is much easier. Okay. Now that local government also collapsed completely. The Afghan National Defense Forces collapsed, the Afghan government collapsed, the president had to flee into exile. So under those circumstances, with the enemy at your doors, you can imagine it becomes very difficult to have an organized pullout or a dignified pullout. So under those circumstances, jehda tuhanu sara inna saalan da kaam hai utthe, jide records hai, jide transcripts hai, jide secret confidential documents hai, oh hun tusi bahar agar nahi unnanu time se le ja sakde ho ya fir mushkil ho jandi hai kuch ode vich, you are supposed to burn all those documents and consign them to the flame so that there is nothing left for the others to take away when they come in or if they walk in ever into those premises. Ji, you know, the protocols are certainly there, and just to see kya, this was not an invitation jede utte 20 saal na pehle United States the forces Afghanistan de vich pahunchiyan si, but certainly there was some joint efforts by the jisna tusi kya now departed Afghani government over the last 20 years. Kabul embassy da jo size siga, jinne diplomats utthe sige, I mean, you know, explain to us, right, jadon ek diplomatic mission de vich, ek embassy de vich hazara di ginti de vich tuhade staffers han, tuhade diplomats hege, I mean, how
difficult is it to shut that down? Well, it's a very, very difficult exercise, as we have seen. Particularly, ek ta ede ch analysis ta bahut hoega throughout the next few weeks and months and years, because geopolitically and strategically, it will be seen as a very big disaster or a debacle. Your intelligence was there. You should have taken some steps in time to avert this sort of situation from arising in time when the Afghan national government was still there. So that you could have started winding down and handing over power to them for dealing with the Taliban in a proper way. But they were not able to do that for various reasons. It has been, there have been a lot of issues all through from the very beginning, actually, in the sense that after Osama bin Laden was killed, there were some analysts who were saying that it would have been the right time for the US to exit from Afghanistan. But if you see the overall nature of the way the expenditure was incurred in Afghanistan, imagine karo, some estimates say that about $2.6 trillion were spent directly and indirectly in Afghanistan by United States in the last 20 years. Some say even that may not be a correct estimate. The actual amount may be more than that also in terms of the overall damage and setbacks it has caused to the US. Now, if that is the sort of amount, how much of it has been really spent on development purposes, on nation building, or on the army or on security purposes? If the vast majority of the amount has been spent on, you know, armaments, ammunition, guns, equipment, training the Afghan army, and very little has been spent on the ground in terms of nation building, where you build schools, you build infrastructure, you build roads, you build the confidence of the people, you build institutions. So if the majority of the expenditure had gone into that, then probably for the Taliban to take over may not have been as easy. There are so many other causes also, which I do not want to get into the discussion at this point of time. But suffice it to say ki jada major focus reha throughout, oh khali strategy upar, security issues upar hai, not on strategy, not on terms of long-term strategy. Thoda ki goal ki jiga, after a while, even now, there are a lot of, some books are going to come out in the next few days, which show that there was a lot of confusion in the minds of the decision-making and policy-making elite in the US as to what are their basic goals in Afghanistan, why are they there, what are they there for, what are they trying to achieve. Even that sort of questions, they were not able to answer or ask categorically to themselves or reflect upon it. After a while, it just became a mindless exercise where you had the military people there, they had their guns there, and they had to show victories there on the ground, and it became an endless spiral. I mean, it's a shame, Jistan Tusi Kiai, that the United States official position hamesha rahi hai that we are not, the United States is not in the business of nation building, but inne matlab, you know, unlimited amount of money, billions and billions of dollars spent over the last two decades, and you don't have these lasting institutions to count for it. In fact, just to see that the goal, if the goal was to defeat the Taliban, well, that goal certainly was not achieved. Pame, you know, sanu suna nu mil raha that this is a different Taliban, and una de spokesperson vak vak statements kar rahe hai. At the end of the day, you know, these are the same people jinna de khilaf United States, the US allies pichle 20 saala to eh ladai lad rahe si te unhi lokan de naal ajj baike dialogue
ਕਰਨ ਦੀ ਕੋਸ਼ਿਸ਼ ਕਰ ਰਹੇ ਆਈ ਮੀਨ ਇਟਸ ਅ ਬਿਜ਼ਾਰ ਟਵਿਸਟ ਐਂਡ ਆਈ ਵਾਂਟ ਟੂ ਟਾਕ ਟੂ ਯੂ ਅਬਾਊਟ ਦਿਸ ਡਾਇਲੌਗ ਇਥੇ ਇੱਕ ਛੋਟੀ ਜੀ ਬ੍ਰੇਕ ਲਈ ਰੁਕਦੇ ਹਾਂ ਐਮਬੈਸਡਰ ਪ੍ਰਦੀਪ ਕਪੂਰ ਤੇ ਵਿਊਅਰਸ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਅੱਜ ਯੂਨਾਈਟਿਡ ਸਟੇਟਸ ਦੀ ਪ੍ਰੈਜ਼ੈਂਸ ਦਾ ਲਾਸਟ ਡੇ ਸੀਗਾ 20 ਸਾਲਾਂ ਬਾਅਦ ਅੱਜ ਅਫੀਸ਼ਲੀ ਯੂ ਐਸ ਮਿਲੀਟਰੀ ਪਲੇਨਸ ਅਫਗਾਨਿਸਤਾਨ ਤੋਂ ਨਿਕਲ ਚੁੱਕੇ ਹਨ ਇਸ ਚੀਜ਼ ਦੇ ਵਿੱਚ ਡਿਪਲੋਮੇਸੀ ਦਾ ਕੀ ਰੋਲ ਰਿਹਾ ਹੈ ਕੀ ਰੋਲ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਨ ਸਾਰੀ ਚੀਜ਼ਾਂ 'ਤੇ ਡਿਸਕਸ਼ਨ ਕਰਨ ਲਈ ਸਾਨੂੰ ਜੁਆਇਨ ਕਰੇ ਵਾਸ਼ਿੰਗਟਨ ਡੀਸੀ ਤੋਂ ਅੰਬੈਸਡਰ ਪ੍ਰਦੀਪ ਕਪੂਰ ਅੰਬੈਸਡਰ ਗੁੱਡ ਟੂ ਹੈਵ ਯੂ ਵੈਲਕਮ ਬੈਕ ਤੁਸੀਂ ਸਾਨੂੰ ਦੱਸ ਰਹੇ ਸੀ ਯੂ ਨੋ ਦ ਰੋਲ ਆਫ ਮਨੀ ਇਨ ਦਿਸ ਵਾਰ ਇਨ ਦਿਸ ਯੂ ਐਸ ਇੰਗੇਜਮੈਂਟ ਔਨ ਦ ਗਰਾਊਂਡ ਅਫਗਾਨਿਸਤਾਨ ਦੇ ਵਿੱਚ ਆਈ ਵਾਜ਼ ਵਾਚਿੰਗ ਸਮ ਨਿਊਜ਼ ਰਿਪੋਰਟਿੰਗ ਟੂਡੇ ਦੈਟ ਵਾਜ਼ ਸੇਇੰਗ ਦੈਟ ਦ ਲੈਵਲ ਆਫ ਕਰਪਸ਼ਨ ਜੋ ਐਗਜ਼ਿਸਟ ਕਰਦਾ ਸੀ ਅਫਗਾਨਿਸਤਾਨ ਦੇ ਵਿੱਚ ਕਿ ਯੂ ਨੋ ਐਂਡ ਐਂਡ ਆਫ ਕੋਰਸ ਦਿਸ ਇਜ਼ ਅ ਵੈਰੀ ਪੈਸਮਿਸਟਿਕ ਵਿਊ ਇੱਕ ਨੈਗੇਟਿਵ ਜਿਹਾ ਵਿਊ ਹੈਗਾ ਬਟ ਮੇ ਬੀ ਦੇਰ ਇਜ਼ ਸਮ ਕ੍ਰੀਡੈਂਸ ਟੂ ਇਟ ਦੈਟ ਇੰਨੀ ਕਰਪਸ਼ਨ ਸੀਗੀ ਅਫਗਾਨਿਸਤਾਨ ਦੇ ਵਿੱਚ ਦੈਟ ਅਗਰ ਇਹ ਪੈਸਾ ਲਵਾਇਆ ਹੁੰਦਾ ਉਹਨਾਂ ਨੇ ਲਾਇਆ ਹੁੰਦਾ ਟੂਵਰਡਸ ਥਿੰਗਸ ਲਾਈਕ ਸਕੂਲਸ ਐਂਡ ਇਨਫਰਾਸਟ੍ਰਕਚਰ ਨੇਸ਼ਨ ਬਿਲਡਿੰਗ ਐਕਟੀਵਿਟੀਜ਼ ਦੈਟ ਇਟ ਵੁਡਨਟ ਹੈਵ ਮੇਡ ਇਟ ਰਾਈਟ ਐਂਡ ਸਾਡੇ ਵਿਊਅਰਸ ਆਫ ਕੋਰਸ ਇੰਡੀਆ ਦੇ ਸਿਸਟਮ ਦੇ ਨਾਲ ਵਾਕਿਫ ਹਨ ਦੈਟ ਚੰਗੇ ਇੰਟੈਂਸ਼ਨਸ ਦੇ ਨਾਲ ਵੀ ਕਰਪਸ਼ਨ ਕਿੰਨਾ ਪਿੱਛੇ ਰੱਖ ਸਕਦੀ ਹੈ ਇੱਕ ਮੁਲਕ ਨੂੰ ਅਤੇ ਅਫਗਾਨਿਸਤਾਨ ਦੀ ਤਾਂ ਸਿਚੁਏਸ਼ਨ ਇੰਨੀ ਅਨਸਟੇਬਲ ਹੈਗੀ ਦੈਟ ਇਟਸ ਹਾਰਡ ਟੂ ਸੀ ਦੈਟ ਨੇਸ਼ਨ ਬਿਲਡਿੰਗ ਕੁਡ ਹੈਵ ਡਨ ਐਨੀ ਗੁੱਡ ਬਟ ਯੂ ਨੋ ਕਮਿੰਗ ਟੂ ਦ ਡਿਪਲੋਮੇਸੀ ਬਿਕੋਜ਼ ਜੋ ਡਿਪਲੋਮੈਟਸ ਹਨ ਉਹਨਾਂ ਦਾ ਤਰੀਕਾ ਇਟ ਇਜ਼ ਅ ਫੋਰਮ ਆਫ ਨੇਸ਼ਨ ਬਿਲਡਿੰਗ ਯੂਅਰ ਬਿਲਡਿੰਗ ਐਲਾਈਜ਼ ਐਂਡ ਟਰੱਸਟ ਥਰੂ ਡਾਇਲੋਗ ਨਾ ਕਿ ਸਿਰਫ ਮਿਲੀਟਰੀ ਮਾਈਟ ਕਿ ਦੇਖੋ ਸਾਡੀ ਬੰਦੂਕਾਂ ਕਿੰਨੀ ਵੱਡੀਆਂ ਹਨ ਰਾਈਟ ਐਂਡ ਦ ਆਪਟਿਕਸ ਆਫ ਮਿਲੀਟਰੀ ਅਟੈਕਸ ਐਂਡ ਸੋ ਔਨ ਐਂਡ ਸੋ ਫੋਰਥ ਸੋ ਲੈਟਸ ਟਾਕ ਅਬਾਊਟ ਦਿਸ ਡਾਇਲੋਗ ਯੂ ਨੋ ਪਿਛਲੇ ਹਫਤੇ ਤੋਂ ਸੁਣਨ ਨੂੰ ਮਿਲ ਰਿਹਾ ਦਿਸ ਇਜ਼ ਅ ਡਿਫਰੈਂਟ ਟਾਈਪ ਆਫ ਤਾਲਿਬਾਨ ਦੈਟ ਦੇ ਵਿਲ ਨਾਟ ਬੀ ਸੋ ਯੂ ਨੋ ਲਿਮਿਟਿੰਗ ਆਫ ਵੁਮੈਨਸ ਰਾਈਟਸ ਦੈਟ ਦੇ ਵੋਂਟ ਪ੍ਰੋਸੀਕਿਊਟ ਜਿਨ੍ਹਾਂ ਨੇ ਯੂ ਐਸ ਫੋਰਸਿਸ ਦੀ ਹੈਲਪ ਕੀਤੀ ਅਫਗਾਨੀ ਗਵਰਨਮੈਂਟ ਦੀ ਹੈਲਪ ਕੀਤੀ ਉਹਨਾਂ ਦੇ ਇਹ ਜਾ ਕੇ ਉਹਨਾਂ ਨੂੰ ਨਹੀਂ ਲੱਭ ਕੇ ਕੋਈ ਵੀ ਹਾਰਮ ਕਰਨਗੇ ਰਾਈਟ ਦੇ ਵੋਂਟ ਪ੍ਰੋਸੀਕਿਊਟ ਦੈਮ ਐਂਡ ਇਹਦੇ ਵਿੱਚ ਯੂ ਨੋ ਵੈਸਟਰਨ ਐਂਡ ਐਲਾਈਡ ਫੋਰਸਿਸ have to recognize them to some extent as legitimate powers, right? How does diplomacy play a role in all of this? You know, break it down for us. US diplomats pa mein Doha de vich baithe hoye hai, they'll be talking on equal terms with the Taliban now. Well, it is going to be a very difficult situation for every country going ahead. When you have a mix which includes the, you know, Pakistani ISI, yeah, which itself is a sponsor of terrorism, and then supported by the Pakistani army and China, to conduct normal business or normal diplomacy in any form or format with the Taliban will not at all be easy. If the Taliban were operating independently, then it would have been a lot easier. Because, for example, let me tell you a little bit of background. Ji. In the sense, India and Afghanistan have had civilizational relations for thousands of years. As we all know, Afghanistan was a Hindu country a few thousand years back. Then it became, to a great extent, a Buddhist country with a lot of Hinduism. And thereafter, in the middle of the 19th century onwards, it started becoming more and more Islamic. And even within that Islam religion in Afghanistan, there are many factions. The Pashtuns form the vast majority, and the Taliban come mostly from the Pashtun. There are the Tajiks, there are the Uzbeks, there are the Nuristanis, there are the Hazaras, and there were Sikhs, and there were Hindus till recently. Now, with the Sikhs and the Hindus having been airlifted out of Afghanistan completely, yeah, there are hardly any Hindus or Sikhs left in Afghanistan currently. Yeah.
जी सो टू बट स्टिल सिंस इंडियाज एफर्ट्स इट पुट इन अ लॉट ऑफ मनी टू अफगानिस्तान वेयर डिड इट पुट द मनी इट डिड नॉट पुट इनटू सिक्योरिटी अरेंजमेंट्स इट पुट द मनी इनटू डैम्स इनटू रोड्स इनटू ब्रिजेस into schools, into infrastructure, into parliament building. Now, that has been doing for a very long time with Afghanistan. A lot of the Afghan leaders, for example, have been coming to Indian universities and studying there. A lot of Afghans have been coming to India for medical treatment continuously. Mm-hmm. So even in my own life, in my experience as a diplomat, I was the Joint Secretary, SAARC, which is South Asian Association for Regional Cooperation, when I had very close links and interactions with the Afghan leaders. Mm. Afghan had applied to become a member of the SAARC. We had sort of, you know, encouraged them to do that because we wanted to bring them in as a South Asian nation. And even during that course of those interactions, there were lot of discussions we had with the Afghan leaders continuously on so many issues. Mm-hmm. The amount of respect which they hold the Indian nation in is phenomenal. Mm-hmm. Now, but for us to interact directly with the Afghan nationals or with the Taliban directly would be a lot easier if the ISI was not breathing down the necks of the Taliban or if the Chinese were not prompting the ISI and giving the money through the ISI to the Taliban to talk in a particular way. Mm-hmm. There are Taliban, one Taliban leader, for example, has trained in the Indian Military Academy in Dehradun. And there are others who have studied in India in JNU and other institutions. So it would have been a possibility, but India decided to withdraw all its diplomatic personnel from Afghanistan, you know, much earlier than the US withdrawals. Now, to re-establish that, once you close an embassy, first of all, you do not have the possibility of a one-on-one dialogue. Because if I am present in a country to have in-person discussions, to have good feedback, good intelligence, my officers will give me a lot of feedback as to what is happening on the ground, what are the good things happening, what are the bad things happening, what way we can discuss with them further, then I can give this input to my leaders. Then when they talk at the level of leaders, they can say, bhai, we do not like these aspects. Ki eh cheeza tusi jo kar rahe ho theek nahi hai, inu tusi sudharo. Ta eh kehna aasan ho janda hai. Jadon tuhanda banda utthe hai hi nahi, jameen ch, on the ground, the feedback that you get is second hand or third hand, and that is not complete or comprehensive or authentic. So your capacity to have a comprehensive dialogue which is meaningful reduces very significantly. Sitting in Doha, Qatar, you do not have the local aspects at your fingertips to be able to talk to them. It will be a very difficult dialogue, particularly because of the interference of the Pakistani ISI and behind them, the China, because the Pakistanis do not have a single dollar left in their kitty which they can spare to for Afghanistan. Absolutely. They are borrowing massively from all over the world with their begging bowls. They're going all over the world to borrow for their own survival. Mm-hmm. They are a totally failed state and they cannot survive. What is keeping them going is Chinese money. Now, the same Chinese money will be used by ISI and China to influence the Taliban for some time. There will be, after that, when they try to become too sort of dictatorial or overbearing for the Taliban, ki ona nu kan bhai hun tusi eh hi karna, tusi aur kuch nahi karna. Jida jado Indian embassy de utte blast hoya si Kabul vich, a lot of interceptions showed that the Pakistani ISI had been asking the Afghan Taliban for almost a year to carry out the blast. And the Afghan Taliban people were not wanting to do that. Finally, the Pakistanis had to send in their own people, and then they were able to execute that blast. Jee. Similarly, jada plane bhi kidnap hoya si, main udo Kathmandu siga, and I would have been on that flight, IC-814, from Kathmandu to Delhi, which was kidnapped to Kandahar. Haan ji.
Now, fortunately, I took a flight a day before through another route via Lucknow because I had some personal work in Lucknow and I missed that flight. I sort of canceled that flight and took an earlier flight. But there were, you know, a lot of issues involved with that also in the sense that when our team went to Kandahar to get the flight released, all the people who were at the airport posing like Taliban were not Taliban. There was hardly any Taliban in that. It's so there was mostly Bangladeshi daily wage labor who were posing like Taliban. It's so interesting you say that, Ambassador. There's a couple of really great Jyotusite points. But last week we had a Lieutenant Colonel from the American Army join us, and he said the same thing. He said there is fake Taliban, jo ja ke, they're essentially carrying out a proxy war. On behalf of other parties. But you know, China is a common enemy, not just sort of India, delay, but even for the United States. And that is a very troubling thing to think that Chinese money, which is abundant, unanu koi shortage nahi hai, is funneling through Pakistan into Afghanistan. To what end? It doesn't take a rocket scientist. We have some callers with us. Jo jure hai ge tuhanu gal karna chahunde. Sat Sri Akaal, tusi on air ho? Haan ji, haan ji, Sat Sri Akaal ji, Ashmita ji, Dr. Bajwa from Chicago ji. Sat Sri Akaal, Dr. Bajwa, program de vich swagat dasso. Ambassador Kapoor tuhanu sun rahe, tuhanu ki question comment hai ga? Haan, mera question, matlab aadarniye Pradeep Kapoor ji nu eh hai. ਵੀ ਦੇਖੋ ਇਹਨਾਂ ਨੇ ਥੋੜਾ ਜਿਹਾ ਕੰਪੇਅਰ ਕੀਤਾ ਅਮਰੀਕਾ ਨੂੰ ਇੰਡੀਆ ਨਾਲ ਜੀ ਹਾਂਜੀ ਪਹਿਲੀ ਤੇ ਇਹ ਚੀਜ਼ ਹੈ ਕਿ ਜਦੋਂ ਵੀ ਕੋਈ ਇੱਕ ਕੰਟਰੀ ਦੂਜੇ ਕੰਟਰੀ ਚ ਜਾਂਦਾ ਹੈ ਜਿਹੜੀ ਉੱਥੋਂ ਦੀ ਲੋਕਲ ਪਬਲਿਕ ਹੁੰਦੀ ਹੈ ਉਹਦੀ ਰਿਸੈਪਟਿਵਿਟੀ ਬਹੁਤ ਜ਼ਰੂਰੀ ਹੁੰਦੀ ਹੈ ਉਹ ਤੁਹਾਡੀ ਜਿਹੜੀ ਸਪੋਰਟ ਨੂੰ ਉਹ ਕਿੰਨਾ ਕੁ ਐਗਰੀ ਕਰਦੇ ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਅਮਰੀਕਾ ਮਾਡਰਨ ਵਰਲਡ 'ਚ ਪਿਛਲੇ 100-150 ਸਾਲ ਤੋਂ ਡੋਮੀਨੇਟ ਕਰਦਾ ਇੰਡੀਆ ਹਾਲੇ ਹੁਣ ਉਸ ਸਟੇਜ 'ਤੇ ਆਉਣ ਲੱਗਿਆ ਸੋ ਇਹ ਬੜਾ ਕੰਪੈਰੀਜ਼ਨ ਨਹੀਂ ਬਣਦਾ ਪਰ ਮੈਂ ਕੁਛ ਐਗਜ਼ਾਮਪਲਾਂ ਦਿੰਦਾ ਦੇਖੋ ਕੋਰੀਆ 'ਚ ਗਏ ਸੀਗੇ ਅਮੈਰੀਕਨ ਕਈ ਦੇਰ ਰਹੇ ਚਲੋ ਵਾਪਸ ਆਉਣਾ ਪਿਆ ਪਰ ਸਾਊਥ ਕੋਰੀਆ ਵਾਲੇ ਇਹਨਾਂ ਦੀ ਗੱਲ ਮੰਨਦੇ ਆ ਉਹਨਾਂ ਦਾ ਇਨਫਰਾਸਟ੍ਰਕਚਰ ਦਿਸ ਐਂਡ ਦੈਟ ਇਟਸ ਅ ਵੈਰੀ ਬਿਊਟੀਫੁਲ ਡਿਵੈਲਪਡ ਕੰਟਰੀ ਤੋ ਜਿਹੜਾ ਨਾਰਥ ਕੋਰੀਆ ਹੈ ਉਹ ਨਹੀਂ ਮੰਨਦੇ ਉਹਨਾਂ ਨੂੰ ਉਹ ਨਹੀਂ ਮਿਲਦਾ ਫਿਰ ਅਸੀਂ ਇਰਾਨ 'ਚ ਗਏ ਇਹਨਾਂ 70s ਇਰਾਨ ਬੜਾ ਡਿਵੈਲਪ ਹੋਇਆ ਪਰ ਅਲਟੀਮੇਟਲੀ ਆ ਕੇ ਉਹ ਸ਼ਾਹ ਆਫ ਇਰਾਨ ਦੇ ਨਾਲ ਆਇਤੁੱਲਾ ਆ ਗਏ ਅਮੈਰੀਕਨ ਨੂੰ ਸਾਨੂੰ ਥੋੜ੍ਹੀ ਪ੍ਰੋਬਲਮ ਆਈ ਇਵੇਂ ਅਸੀਂ ਇਰਾਕ 'ਚ ਕੀਤਾ ਮੇਰਾ ਸਵਾਲ ਇਹਨਾਂ ਨਾਲ ਇਹੀ ਹੈ ਕਹਿਣ ਦਾ ਕਿ ਜੇ ਉਹ ਰਿਸੈਪਟਿਵ ਨਹੀਂ ਹੈ ਉਹ ਲੋਕ ਡਿਸੈਪਟਿਵ ਹੈ ਔਰ ਇੰਡੀਆ ਵੀ ਇਸ ਚੀਜ਼ ਨੂੰ ਦੇਖ ਲਏਗਾ ਕਿਉਂਕਿ ਇਹ ਸਾਡੇ ਅਲਾਈ ਹੈ ਅੱਜ ਕੱਲ੍ਹ ਇੰਡੀਆ ਵਾਲੇ ਇਹਨਾਂ ਨੂੰ ਸਾਡੇ ਨਾਲ ਇੰਨਾ ਵਿਤਕਰਾ ਨਹੀਂ ਕਰਨਾ ਚਾਹੀਦਾ ਸਾਡੀ ਡਾਕਟਰ ਬਾਜਵਾ ਅੰਬੈਸਡਰ ਕਪੂਰ ਪੁੱਛਣਾ ਚਾਹੁੰਦੇ ਤੁਹਾਡਾ ਕੀ ਸਵਾਲ ਹੈ ਇਸ ਕਮੈਂਟ ਦੇ ਵਿੱਚ ਸਮਾਂ ਸਾਡੇ ਕੋਲ ਇਸ ਸੈਗਮੈਂਟ ਦੇ ਵਿੱਚ ਜ਼ਿਆਦਾ ਨਹੀਂ ਹੈ ਤੁਹਾਡਾ ਕੋਈ ਸਵਾਲ ਅੰਬੈਸਡਰ ਕਪੂਰ ਹਾਂ ਮੇਰਾ ਸਵਾਲ ਇਹ ਹੈ ਕਿ ਉੱਥੋਂ ਦੀ ਪਬਲਿਕ ਰਿਸੈਪਟਿਵ ਨਹੀਂ ਹੈ ਏਡ ਨੂੰ ਸੋ ਅਮਰੀਕਾ ਉੱਥੇ ਉਹਨਾਂ ਨੂੰ ਕਿੰਨੀ ਏਡ ਦੇ ਸਕਦਾ ਸੀ ਜਿਹੜੀ ਉਹਨਾਂ ਦੀ ਮਿਲਟਰੀ ਹੈ ਉਹ ਕੰਟਰੋਲ ਨਹੀਂ ਕਰ ਸਕਦੇ ਪਹਿਲਾਂ ਤਾਂ ਜਿੰਨਾ ਚਿਰ ਅਮਨ ਨਹੀਂ ਹੋਏਗਾ ਉਹ ਸਾਡੀ ਏਡ ਉੱਥੇ ਕੀ ਕਰੇਗੀ ਸੋ ਮੇਰਾ ਇਹ ਸਵਾਲ ਹੈ ਕਿ ਰਿਸੈਪਟਿਵਿਟੀ ਨਹੀਂ ਹੈ ਉਹਨਾਂ ਲੋਕਾਂ ਦੀ ਇਹ ਉਹਦੇ ਤੇ ਕੁਝ ਦੱਸ ਸਕਣ ਜੀ ਥੈਂਕ ਯੂ ਸੋ ਮਚ ਫॉर ਯੂਰ ਕੁਐਸਚਨ ਡਾਕਟਰ ਸਾਹਿਬ ਬੇਸਿਕਲੀ ਜਿਹੜਾ ਅਮਰੀਕਨ ਆਊਟਲੁੱਕ ਸੀਗਾ ਕਿ ਸਾਡੇ ਉੱਪਰ ਕੋਈ ਅਟੈਕ ਨਾ ਹੋਏ ਫਿਊਚਰ ਵਿੱਚ ਜਿੱਦਾਂ 9/11 ਹੋਇਆ ਸੀ ਤੇ ਉਹ ਫਿਰ ਜਦੋਂ ਬਿਨ ਲਾਦਨ ਨੂੰ ਉਹਨਾਂ ਨੇ ਮਾਰ ਸਟਿਆ ਉਹਦੇ ਬਾਅਦ ਫਿਰ ਉਹਨਾਂ ਦਾ ਕੀ ਅਚੀਵਮੈਂਟ ਰਿਹਾ 10 ਸਾਲਾਂ ਵਿੱਚ ਪਿਛਲੇ ਬਿਯੋਂਡ ਦੈਟ ਇਨਸਟਡ ਆਫ ਇੰਪਰੂਵਿੰਗ ਦ ਸਿਚੁਏਸ਼ਨ ਇਨਸਟਡ ਆਫ ਗੈਟਿੰਗ ਐਨੀ ਬੈਨੀਫਿਟਸ ਦ ਸਲਾਈਡ ਹੈਜ਼ ਬੀਨ ਡਾਊਨਹਿਲ ਕੰਪਲੀਟਲੀ ਟੂ ਦੈਟ ਐਕਸਟੈਂਟ ਕਿ ਜਿੱਦਾਂ ਤੁਸੀਂ ਹੁਣ ਕਹਿ ਰਹੇ ਹੋ ਉਹ ਜਿਹੜੀ ਪਬਲਿਕ ਉੱਥੇ ਦੀ ਹੈ ਉਹ ਦੇਖ ਰਹੀ ਹੈ ਕਿ ਬਈ ਇਹ ਪੈਸਾ ਖਰਚਾ ਕਰ ਰਹੇ ਹੈ ਔਰ ਉਹਦਾ ਫਾਇਦਾ ਉਠਾ ਰਹੀ ਹੈ ਥੋੜ੍ਹੀ ਦੇਰ ਲਈ ਆਈ ਐਸ ਆਈ ਉਹਨਾਂ ਨੂੰ ਹੁਣ ਜਿੱਦਾਂ ਇੱਕ ਗੱਲ ਹੋਰ ਸੁਣੋ ਤੁਸੀਂ
ਉਹ ਸੈਂਟਰਲ ਬੈਂਕ ਗਵਰਨਰ ਦੇ ਅਫਗਾਨਿਸਤਾਨ ਸੈਂਟਰਲ ਬੈਂਕ ਗਵਰਨਰ ਦਾ ਬੰਦਾ ਜਿਹੜਾ ਨਿਯੁਕਤ ਹੋਇਆ ਹੈ ਜਾਂ ਫਿਰ ਹੋਰ ਐਡਵਾਈਜ਼ਰਸ ਆ ਰਹੇ ਹੈ ਜੀ ਉਹਨਾਂ ਵਿੱਚ ਅਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਅਫਗਾਨੀ ਹੈ ਕਿ ਅਫਗਾਨੀ ਨਹੀਂ ਹੈ ਕਿ ਹੋਰ ਕਿਸੇ ਕੌਮ ਦੇ ਪਾਕਿਸਤਾਨੀ ਹੈ ਕਿ ਕੀ ਹੈ ਜਿੱਦਾਂ ਉਹਨਾਂ ਦੇ ਬੈਕਗ੍ਰਾਉਂਡ ਉਹ ਢੂੰਡਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਚੱਲ ਰਿਹਾ ਐਡਰੈਸ ਕਰਕੇ ਕੋਈ ਸੈਂਟਰਲ ਬੈਂਕ ਗਵਰਨਰ ਵੀ ਨੋਮੀਨੇਟ ਹੋਇਆ ਉੱਥੇ ਦਾ ਹੁਣ ਉਹ ਬੰਦਾ ਅਫਗਾਨਿਸਤਾਨ ਦੇ ਕੀ ਇੰਟਰਸਟ ਦੇਖ ਸਕਦਾ ਤਾਂ ਉਹ ਮੀਨਸ past was very difficult but the future is going to be much more difficult because of the following reasons ji ek ta tusi dekho afghanistan di population jehdi hai 50% is below the age of 19 years old because a lot of people have been killed in terrorism and in this counter terrorism now if that is the condition with more than 50% being women 40 ਮਿਲੀਅਨ ਬੰਦੇ ਵਿੱਚੋਂ ਤੁਹਾਡਾ 20-21 ਮਿਲੀਅਨ ਵੁਮਨ ਫੋਕ ਹੈਗਾ ਔਰ ਉਹਦੇ ਚੋਂ 10 ਮਿਲੀਅਨ ਬਾਕੀ ਦਾ ਜਿਹੜਾ ਉਹ 19 ਸਾਲਾਂ ਤੋਂ ਘੱਟ ਹੈ ਹੁਣ 30 ਮਿਲੀਅਨ ਤਾਂ ਹੋ ਗਏ ਤਾਂ 8-9 ਮਿਲੀਅਨ ਬੱਚੇ ਜਿਹੜੇ ਐਡਲਟ ਮੇਲਸ ਹੈ ਉਹਨਾਂ ਵਿੱਚੋਂ ਵੀ ਕੋਈ ਤਾਜਿਕੀ ਹੈ ਕੋਈ ਉਜ਼ਬੇਕ ਹੈ ਕੋਈ ਹਜ਼ਾਰਾ ਹੈ ਕੋਈ ਨੂਰਿਸਤਾਨੀ ਹੈ ਕੋਈ ਕੁਛ ਉਹ ਵੀ ਅਪੋਜ਼ਡ ਹੈ ਟੂ ਪਸ਼ਤੂਨ ਐਂਡ ਟੂ ਤਾਲਿਬਾਨ so the general acceptance of taliban also is very very low overall in the country and the demographic holocaust which is happening there is very frightening for the world Absolutely. because what is going to happen is je utthe koi bachcha hai jehda 5 saal da 10 saal da oh halle tak janda si school vich te school vich oh ja ke padhai kar sakda si hun ohnu ki school vich jana payega madrasa vich ਮਦਰਸਾ ਵਿੱਚ ਕੀ ਪੜੇਗਾ ਸ਼ਰੀਆ ਕੁਰਾਨ ਵਾਇਲੈਂਸ ਕਾਫਿਰ ਐਟਸੈਟਰਾ ਤੋਰਾ ਐਟਸੈਟਰਾ ਐਟਸੈਟਰਾ ਨਾਓ ਐਂਡ ਵਾਟ ਆਰ ਦ ਟੋਇਜ਼ ਹੀ ਵਿਲ ਬੀ ਪਲੇਇੰਗ ਵਿਦ ਗਨਸ ਬੰਬਸ ਗ੍ਰੈਨੇਡਸ ਮਸ਼ੀਨ ਗਨਸ ਨਾਈਵਸ ਹੀ ਵਿਲ ਨਾਟ ਗੈਟ ਨਾਰਮਲ ਟੋਇਜ਼ ਆਲਸੋ ਟੂ ਪਲੇ ਵਿਦ ਨਾ ਐਂਡ ਹੂ ਵਿਲ ਬੀ ਹਿਜ਼ ਰੋਲ ਮਾਡਲਸ ਵਿਲ ਬੀ ਦ ਤਾਲਿਬਾਨ ਔਰ ISIS ਇਹ ਜਿਹੜੇ ਆਪਣੇ ਛਾਤੀ ਪਾੜ ਕੇ ਆਪਣਾ ਬੰਦੂਕਾ ਲੈ ਕੇ ਘੁੰਮ ਰਹੇ ਆ ਉਹਦੇ ਰੋਲ ਮਾਡਲਸ ਹੋਣਗੇ ਤੇ ਉਸ ਸਿਚੁਏਸ਼ਨ ਵਿੱਚ ਜਿਹੜਾ ਬੰਦਾ ਉੱਥੇ ਗਰੋ ਕਰ ਰਿਹਾ ਮੀਨਸ ਵੱਡਾ ਹੋ ਰਿਹਾ ਹੈ ਬਚਪਨ ਤੋਂ ਉਹਦਾ ਕੀ ਫਿਊਚਰ ਹੈ ਅਫਗਾਨ ਲਈ ਔਰ ਦੁਨੀਆ ਲਈ ਹੀ ਕੁਡ ਬਿਕਮ ਆਈ ਐਮ ਐਗਜ਼ੈਜਰੇਟਿੰਗ ਨਾਓ ਬਟ ਆਈ ਵਾਂਟ ਟੂ ਸੇ ਇਟ ਵੁੱਡ ਬੀ ਲਾਈਕ ਫਰੈਂਕਨਸਟਾਈਨ ਮੋਨਸਟਰਸ ਯੂ ਆਰ ਕ੍ਰੀਏਟਿੰਗ for afghanistan ji i mean for pakistan for china for the region and for the world breeding ground of terrorism i think this is not only breeding ground of terrorism it is something much more severe and worse than just a breeding ground of terrorism these are little kids who from birth will be indoctrinated in such a strong manner at least the taliban were adults who were fighting against the american forces in a war here you are going to breed a future generation of children who will know nothing else than this there is no normal game this will be their normal games so what are they going to bring to the world and what sort of Frankenstein monster is the world creating in Afghanistan for Afghanistan and for the world and for the region and it is a very very difficult thought it's a frightening thought and the really heartbreaking part of it is that the United States had a role to play in this whole debacle the United States had a role to play and history will not forget that ambassador kapoor jeeta karda ke tuhade naal is vishay te you know paave ek hor ghanta gal hoyi ਜਾ ਸਕਦੀ ਹੈ ਬਟ ਅਨਫੋਰਚੁਨੇਟਲੀ ਸਮਾਂ ਇੱਥੇ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਥੈਂਕ ਯੂ ਸੋ ਮਚ ਫਾਰ ਆਲ ਆਫ ਯੋਰ ਇਨਸਾਈਟ ਅੰਬੈਸਡਰ ਐਂਡ ਫਾਰ ਸਟਿਕਿੰਗ ਅਰਾਊਂਡ ਫਾਰ ਅ ਲਿਟਲ ਬਿਟ ਲੌਂਗਰ ਅਪਰੀਸ਼ੀਏਟ ਯੋਰ ਟਾਈਮ ਐਂਡ ਜ਼ਰੂਰ ਤੁਹਾਨੂੰ ਵਾਪਸ ਸੱਦਾਂਗੇ ਬਿਕੋਜ਼ ਦਿਸ ਕ੍ਰਾਈਸਿਸ ਇਜ਼ ਫਾਰ ਫਰੋਮ ਰਿਜ਼ੋਲਵਡ ਇਹ ਬਿਲਕੁਲ ਖਤਮ ਹੋਣ ਵਾਲੀ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਬਹੁਤ ਅਨਾਲਿਸਿਸ ਹੋਏਗੀ ਇਸ ਪ੍ਰੋਗਰਾਮ ਦੇ ਵਿੱਚ ਵੀ ਅਨਾਲਿਸਿਸ ਹੋਏਗੀ ਜ਼ਰੂਰ ਤੁਹਾਡੇ ਤੋਂ ਵੀ ਕੁਛ ਐਕਸਪਰਟ ਇਨਸਾਈਟ ਲਵਾਂਗੇ ਬਟ ਹੁਣ ਸਾਨੂੰ ਦਿਓ ਇਜਾਜ਼ਤ ਹੈਵ ਅ ਗੁੱਡ ਰੈਸਟ ਆਫ ਯੋਰ ਈਵਨਿੰਗ ਸਰ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਐਂਡ ਬੈਸਟ ਵਿਸ਼ੇਸ ਬਹੁਤ ਬਹੁਤ ਸ਼ੁਭਕਾਮਨਾਵਾਂ ਐਂਡ ਹੈਪੀ ਜਨਮਸ਼ਟਮੀ ਟੁਡੇ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਡੇ ਇਟਸ ਜਨਮਸ਼ਟਮੀ ਜੀ ਸੋ ਟੂ ਆਲ ਯੋਰ ਰੀਡਰਸ ਆਲਸੋ ਆਲ ਯੋਰ ਲਿਸਨਰਸ ਜੀ ਵੈਰੀ ਹੈਪੀ ਜਨਮਸ਼ਟਮੀ ਥੈਂਕ ਯੂ ਅੰਬੈਸਡਰ ਕਪੂਰ ਟੂ ਯੂ ਐਸ ਵੈਲ ਇਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਇਸ ਸਟੋਰੀ ਨੂੰ ਲੈ ਕੇ ਕੁਝ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਬ੍ਰੇਕ ਤੋਂ ਬਾਅਦ
एक बार फिर सारे दा स्वागत इस स्टोरी दे विच, ए डेवलपिंग स्टोरी दे विच, मैं सिर्फ स्मार्टी विच एक चीज़ कहना चाहती हाँ। कहावत है, बहुत फेमस कहावत है, जरूर तुसी सुनी होनी है, हिस्ट्री रिपीट्स इटसेल्फ। ते अज सानू कुछ ओ पहले फाउंडेशनल स्टेप्स वेखन नू मिल रहे कि किस तरह शायद एक बहुत ही माड़ी हिस्ट्री अपने आप नू रिपीट कर सकती आने वाले समय दे विच। जिस तरह अंबैसडर कपूर ने सानू दस्या, अफगानिस्तान दे विच निके निके बच्चे जो चीज़ा एक सिविल सोसाइटी विच हुंदी है शायद उन्हानू नहीं मिलेगी आने वाले समय दे विच। बेसिक थिंग्स, स्कूल, हेल्थ केयर, फैमिली, परिवार दा प्यार, यू नो, फूड ऑन द टेबल। एंड इस काइंड ऑफ सिचुएशन दे विच जो सपोर्ट स्ट्रक्चर उन्हां दे कोल हैगा वो एक रेडिकल, एक एक्सट्रीमिस्ट, एक वायलेंट सपोर्ट स्ट्रक्चर हैगा। एंड ए सपोर्ट स्ट्रक्चर किस तरह दे इंसानां नू दुनिया विच लैके आऊगा। एंड दैट इज़ नॉट हेल्प्ड बाय द फैक्ट दैट हले भी जिस तरह कल दी गल है, एक US ड्रोन दी स्ट्राइक ने किता था टारगेट उन ISIS के अटैकर्स नू जिन्होंने काबुल एयरपोर्ट नू पिछले हफ्ते अटैक किया। बट इस ड्रोन स्ट्राइक दे विच 10 सिविलियंस भी मारे गए। US असले तो 10 अफगानी सिविलियंस मारे गए। कल दी गल है उन्होंने विचों 7 बच्चे सीगे। जो उत्थे दे लोकल्स जो उत्थे रह गए है जिन्हानू US ने वादा किया तुहानू बचावांगे, तुहानू इत्थों कढ लांगे अगर असी इत्थों निकलदे हाँ, उन्हानू नहीं उन्हां दा वादा पूरा किया गया। तो हुण उन्हां ते ही एक बारी फिर US दे इस तरह के हमले शुरू हो चुके हैं। की फ्यूचर है अफगानिस्तान का? की सानू एक्सपैक्ट करना चाहिए है एज अमेरिकन्स, एज ओ वैसटर्न एलाइज जिन्होंने अफगानिस्तान दे विच 20 साल लाए ताकि एहो जा दिन ना आए? अनफॉर्चुनेटली ये दिन आ चुका है। ये दिन आई प्रोग्राम की समाप्ति करते हैं। साढ़े लिए साढ़े गैस लिए कोई क्वेश्चन, कमेंट्स, कंसर्न सू लिख सकते हो info@justbroadcasting.com, ashmita@justbroadcasting.com। कल मिलेंगे, हूँ मैंने दो इजाजत, सत श्री अकाल।